नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर से कांग्रेसी उम्मीदवार गुरजीत सिंह औजला ने लोकसभा चुनाव 2024 में हासिल की जीत, तीसरी बार बने सांसद। होशियारपुर से आम आदमी पार्टी के उम्मीदवार डॉक्टर राजकुमार चब्बेवाल ने की जीत हासिल, इंडस्ट्री व टूरिज्म को बढ़ावा देने का किया ऐलान। और अब हलचल विस्तार से। लोकसभा चुनाव 2024 के नतीजे आ चुके हैं, जिसमें अमृतसर से कांग्रेसी उम्मीदवार गुरजीत सिंह औजला ने जीत हासिल की है, जिसके चलते गुरजीत सिंह औजला अमृतसर से तीसरी बार सांसद बने हैं। जिसके बाद गुरजीत सिंह औजला के घर में खुशी का माहौल है और कांग्रेसी कार्यकर्ताओं द्वारा सादे ढंग से जश्न मनाया जा रहा है। तो वहीं पत्रकारों से बातचीत करते हुए गुरजीत सिंह औजला ने कहा कि वे प्रत्येक मतदाता का आभार व्यक्त करते हैं जिन्होंने उन पर विश्वास जताया है। वही उन्होंने कहा कि श्री अकाल तख्त साहिब के जत्थेदार द्वारा घल्लूघरा दिवस के मद्देनजर ढोल धमाका करने से मना किया गया है, इसलिए वे बिल्कुल ही सादे ढंग से जश्न मनाने जा रहे हैं। उन्होंने कहा कि वे पहले की तरह ही अमृतसर में बढ़ चढ़कर विकास कार्य करवाएंगे। तो वहीं इस मौके पर उनकी पत्नी आनंद लीव कौर ने भी अमृतसर शहरवासियों का आभार व्यक्त किया। अमृतसर से हलचल के लिए सुनील खोसला की रिपोर्ट। मैं धन्यवाद करता इस शहर के गुरु रामदास जी की नगरी का, पुत्र सरोवरों का, भगवंत दुर्गैना तीर्थ जी के आशीर्वाद के नाल, भगवान वाल्मीक जी के तीर्थ के आशीर्वाद के नाल असीं अजे चीज़ जिहड़ी है जित पाए हैं। और धन्यवाद करता समुची जिहड़ी बूथ लैवल से लड़ाई लड़ रही मुहल्लिया जो उस लीडरशिप का समुची ਧੰਨਵਾਦ ਕਰਦੇ ਹਾਂ। ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ, ਸੰਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ, ਇਹ ਉਹਨਾਂ ਦੀ ਜਿੱਤ ਹੋਈ। ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ, ਦਿਨ ਰਾਤ ਕੀਤਾ ਵਾ, ਵਰਕਰਾਂ ਨੇ ਬਹੁਤ ਮਦਦ ਕੀਤੀ ਹੈ। ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ, ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ, ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ, ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ, ਮੇਰੇ ਨਿੱਜੀ ਪਰਿਵਾਰ ਵੀ ਸਾਰਾ, ਉਹ ਸਾਰਿਆਂ ਨੇ ਬਹੁਤ ਮਦਦ ਕੀਤੀ, ਮੇਰਾ ਪਰਿਵਾਰ ਹੈ ਜੀ ਇਹ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਗੱਲ। ਪੰਜਾਬ 'ਚ ਕਾਂਗਰਸ ਕਾਫੀ ਇੱਕ ਲੀਡ ਲੈ ਕੇ ਜਾ ਰਹੀ, ਬਿਲਕੁਲ ਪੰਜਾਬ 'ਚ ਕਾਂਗਰਸ ਲੀਡ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਕਾਂਗਰਸ ਇੰਡੀਆ ਅਲਾਈਅੰਸ ਦੀ ਸਰਕਾਰ ਬਣੀ। ਪਹਿਲਾਂ ਸਾਹਿਬ ਕਿਹੜੇ ਕੰਮ ਚਾਹੋਗੇ ਹੁਣ ਪਹਿਲ ਦੇ ਦਰ ਤੇ ਜਾਣਾ? ਦੇਖੋ, ਡਰੱਗਸ ਦੀ ਬਹੁਤ ਵੱਡੀ ਸਮੱਸਿਆ ਹੈ, ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ, ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ, ਜਦੋਂ ਤੋਂ ਲੋਕ ਪਰੇਸ਼ਾਨ ਨੇ, ਇਹਨਾਂ ਦੇ ਉੱਤੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹਦੇ ਕਰਾਂਗੇ, ਪਰ ਇਹ ਸਟੇਟ ਨਾਲ ਰਿਲੇਟਡ ਕੰਮ ਹੈ, ਮੈਂ ਸਰਕਾਰ ਨੂੰ ਮਜਬੂਰ ਕਰੂੰਗਾ ਇਸ, ਕਿਉਂਕਿ ਸਰਕਾਰ ਨੂੰ ਕਰਨੇ ਪੈਣਗੇ ਹੁਣ ਸਰਕਾਰ ਦੇ ਉੱਤੇ, ਵੱਡੇ ਭਾਰਾਂ ਨਹੀਂ ਪੈਣਾ ਜੀ, ਜਦੋਂ ਲੋੜ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ, ਲੋਕ ਕੰਮ ਭਾਲਦੇ ਆ, ਸੱਚ ਭਾਲਦੇ, ਉਹ ਨਹੀਂ ਸੀ ਹੈਗਾ ਨਾ। ਭਾਜਪਾ ਦੇ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ, ਖਾਸ ਤੌਰ ਤੇ ਜਿਹੜਾ ਦੂਸਰੇ ਨੰਬਰ ਤੇ ਆ ਰਹੀ ਹੈ? ਬਿਲਕੁਲ, ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ, ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ, ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ, ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ, ਜੇ ਉਹਨਾਂ ਵੋਟ ਮੰਗੀ ਹੈ ਤੇ ਇੱਕ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ, ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂ ਗਾ। ਇਸ ਕਰਕੇ ਠੀਕ ਹੈ, ਹੁਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ, ਪਰ ਸਾਡੇ ਵਾਸਤੇ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ, ਸੈਕੂਲਰ ਥੌਟ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥੌਟ ਹੋਣੀ ਚਾਹੀਦੀ ਹੈ, ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੋ ਮੈਂ ਹੁਣ ਸਭਨਾਂ ਦਾ ਧੰਨਵਾਦ ਕਰਦੇ ਜਿਹਨੇ ਜਿਹਨੂੰ ਵੋਟ ਪਾਈ ਹੈ, ਭਾਵੇਂ ਉਹ ਨਹੀਂ ਵੀ ਜਿੱਤੇ, ਮੈਂ ਉਹਨਾਂ ਦੇ ਕੰਮ ਆਊਂਗਾ, ਮੈਂ ਐਵੇਂ ਲਿਖਿਆ ਉਹਨਾਂ ਦੇ ਕੰਮ ਕਰੂੰਗਾ, ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ। ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬ ਦਿਆਂ, ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਲਈ ਹਰ ਪੱਖ ਦੇ ਉੱਤੋਂ ਹੀ ਜ਼ਿੰਮੇਵਾਰ ਹਾਂ, ਔਰ ਜਿੰਨਿਆਂ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ
ਮੈਂ ਸਭਨਾ ਦਾ ਹੀ ਜ਼ਿੰਮੇਵਾਰ ਹਾਂ, ਸਾਰਿਆਂ ਨੂੰ ਹੀ ਮਾਸ ਕਰਨਾ। ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਰਹਿਣਾ ਜੀ, ਇੱਕ ਜਾਂ ਤਿੰਨ ਹੋਣਗੀਆਂ, ਇੱਕ ਹੋਊਗੀ ਜਾਂ ਤਿੰਨ ਹੋਣਗੀਆਂ, ਵੇਖ ਲਓ ਗੱਲ ਉੱਥੇ ਹੀ ਆਈ। ਠੀਕ ਹੈ, ਪਹਿਲਾਂ ਤਾਂ ਸਾਰੇ ਵੋਟਰਸ ਦਾ, ਅੰਮ੍ਰਿਤਸਰ ਦਿਆਂ ਦਾ ਔਰ ਸਪੋਰਟਰਸ ਦਾ, ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ, ਦੂਸਰੀਆਂ ਸਟੇਟਸ, ਦੂਸਰੇ ਸ਼ਹਿਰਾਂ 'ਚ ਰਹਿੰਦੇ ਨੇ, NRIs ਨੇ, ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ 'ਤੇ ਬੈਠਿਆਂ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁਣਨਾ ਹੈ ਅੰਮ੍ਰਿਤਸਰ ਲਈ, ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ। ਮੈਮ, ਪ੍ਰਦਰਸ਼ਨ ਨੂੰ ਕਿਵੇਂ ਮੰਨਦੇ ਹੋ ਕਿ ਭਗਵੰਤ ਮਾਨ ਨੇ ਨਾਰਾ ਲਾਇਆ ਸੀ 13-0 ਦਾ, ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਵੈ, ਬਲਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ? ਦੇਖੋ, ਮੈਂ ਪੋਲੀਟੀਕਲ ਨਹੀਂ ਹੈਗੀ, ਇਸ ਕਰਕੇ ਮੈਂ ਪੋਲੀਟੀਕਲ ਕੋਈ ਵੀ ਕਮੈਂਟ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬਣਦਾ ਨਹੀਂ ਆ। ਔਰ ਇਹ ਪਾਰਟੀ ਦੀ ਸਟ੍ਰੈਟਜੀਜ਼ ਹੁੰਦੀਆਂ ਨੇ, ਜਿੱਥੋਂ ਤੱਕ ਮੈਂ ਸਮਝਦੀ ਹਾਂ ਕਿ ਹਰ ਇੱਕ ਨੇ 13-13 'ਤੇ ਕਹਿਣਾ ਹੀ ਹੁੰਦਾ, ਪਰ ਇਹ ਤਾਂ ਅੰਡਰਸਟੂਡ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ 'ਤੇ ਕਿ ਕਿੰਨੀਆਂ ਸੀਟਸ ਉਹ ਕੱਢ ਸਕਦੇ ਨੇ। ਸੋ ਇਹ ਬਹੁਤ ਵਧੀਆ ਗੱਲ ਹੈ ਜੀ, ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦੱਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਨਾ ਖੁਸ਼ ਨੇ। ਗਰਮੀ ਕਾਫੀ ਸੀ, 45 ਤੋਂ 46 ਡਿਗਰੀ ਤੱਕ ਪ੍ਰਚਾਰ ਕੀਤਾ ਸੀ, ਕਿੱਦਾਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ, ਹੁਣ ਗਰਮੀ ਖਤਮ ਹੋ ਗਈ ਆ, ਗਰਮੀ ਕੱਟੀ ਗਈ ਆ ਔਰ ਉਸ ਗਰਮੀ 'ਚ ਜਿਹੜਾ ਪ੍ਰਚਾਰ ਕੀਤਾ, ਮੈਨੂੰ ਲੱਗਦਾ ਉਹਦਾ ਮੁੱਲ ਮੁੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ। ਲੋਕਾਂ ਦੇ ਵਿਚਰਦੇ ਰਹੇ, ਲੋਕਾਂ ਦੇ ਮੁੱਦੇ ਕਿਹੜੇ ਹੈਗੇ ਜੀ ਸਭ ਤੋਂ ਪਹਿਲਾਂ? ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ, ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕਿ ਵੱਧ ਰਿਹਾ ਹੈ ਔਰ ਜਿਹਨੂੰ ਕੰਟਰੋਲ 'ਚ ਲਿਆਉਣਾ ਬਹੁਤ ਜ਼ਰੂਰੀ ਆ। ਠੀਕ ਹੈ, ਵਿਰੋਧੀ ਨੂੰ ਕੀ ਕਹਿਣਾ ਜੋ ਜਿਹੜੇ ਬੜੇ ਤੰਜ ਕਰਦੇ ਕੋਇਲਾ ਸਾਹਿਬ 'ਤੇ ਕਿ 2 ਸਾਲ 2 ਵਾਰੀਆਂ ਖੇਡ ਚੁੱਕੇ ਪਰ ਕੋਈ ਉਹਨਾਂ ਨੂੰ ਕੰਮ ਨਹੀਂ ਕਰਾਇਆ? ਕੁਛ ਨਹੀਂ ਜੀ, ਵਿਰੋਧੀਆਂ ਨੂੰ ਹੁਣ ਮੈਂ ਕੀ ਕਹਿਣਾ ਹੈ, ਲੋਕਾਂ ਨੇ ਜਵਾਬ ਦਿੱਤਾ ਹੈ। ਸੋ ਮੈਨੂੰ ਲੱਗਦਾ ਹੈ ਕਿ ਮੇਰਾ ਕੁਛ ਕਹਿਣਾ ਬਣਦਾ ਨਹੀਂ ਆ, ਉਹ ਅੱਜ ਦਾ ਜੋ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਲਈ ਇੱਕ ਜਵਾਬ ਹੈ। ਉਜਲਾ ਸਾਹਿਬ ਦੀ ਟੱਕਰ ਕਿਹਨਾਂ ਨਾਲ ਲੈ ਗਈ ਸੀ? ਮੈਂ ਕਹਿ ਸਕਦੇ ਪ੍ਰਚਾਰ ਸਫਲ ਹੋ ਗਿਆ ਜੀ, ਬਿਲਕੁਲ ਬਿਲਕੁਲ ਜੀ, ਸਫਲ ਹੋ ਗਿਆ ਔਰ ਮਿਹਨਤ ਰੱਖ ਲਈ ਆਈ ਆ। ਉਜਲਾ ਸਾਹਿਬ ਦੀ ਟੱਕਰ ਕਿਹਨਾਂ ਲੱਗਦੀ ਸੀ? ਉਜਲਾ ਸਾਹਿਬ ਦੀ ਟੱਕਰ, ਦੇਖੋ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਹੈਲਦੀ ਕੰਪੀਟੀਸ਼ਨ ਹਮੇਸ਼ਾ ਸੋਚਣਾ ਚਾਹੀਦਾ ਔਰ ਹਮੇਸ਼ਾ ਕੋਈ ਵੀ ਕੈਂਡੀਡੇਟ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਉਤਰਿਆ ਉਹਨੂੰ ਆਪਣੇ ਆਪ ਨੂੰ ਹੀ ਇੰਪਰੂਵ ਕਰਨ 'ਤੇ ਜ਼ੋਰ ਲਾਉਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਜੇ ਹਰ ਇੱਕ ਲੀਡਰ ਇਸ ਤਰੀਕੇ ਨਾਲ ਸੋਚਣ ਲੱਗੂਗਾ ਤਾਂ ਪੰਜਾਬ ਦਾ ਜਾਂ ਇੰਡੀਆ ਦਾ ਭਵਿੱਖ ਬਹੁਤ ਅੱਛਾ ਰਹੂ। ਜਿਹੜੇ ਵਿਰੋਧੀ ਕਹਿੰਦੇ ਸੀ ਨਾਲੇ ਦਾ, ਲੱਗਦਾ ਕਿ ਲੋਕਾਂ ਨੇ ਮੂੰਹ ਬੰਦ ਕਰਤੇ ਉਹਨਾਂ ਦੇ? ਦੇਖੋ ਨਾਲਾ ਜਿੱਥੋਂ ਤੱਕ ਬੰਦ ਕਰਾਉਣਾ ਜਾਂ ਜੋ ਵੀ ਇਹਦੇ 'ਤੇ ਕੰਮ ਕਰਨੇ, ਮੈਨੂੰ ਲੱਗਦਾ ਉਹ ਔਜਲਾ ਜੀ ਦੇ ਹੀ ਹਿੱਸੇ ਆਉਣੇ ਸੀਗੇ ਔਰ ਇਹ ਉਹਨਾਂ ਨੇ ਹੀ ਕਰਵਾਉਣਾ ਹੈ। ਸੋ ਲੋਕ ਸਭਾ ਖੇਤਰ ਹੁਸ਼ਿਆਰਪੁਰ ਸੇ ਜੀਤ ਕੇ ਬਾਅਦ ਆਮ ਆਦਮੀ ਪਾਰਟੀ ਕੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਮੀਡੀਆ ਸੇ ਬਾਤਚੀਤ ਕਰਤੇ ਹੋਏ ਹੁਸ਼ਿਆਰਪੁਰ ਮੇ ਵਿਕਾਸ ਕਾਰਿਓ ਕੇ ਬਾਰੇ ਮੇ ਜਾਣਕਾਰੀ ਦਿੱਤੀ ਹੋਈ ਕਿਹਾ ਕਿ ਉਨਕਾ ਮਕਸਦ ਹੈ ਰੇਲਵੇ ਟਰੈਕ ਕੋ ਬਣਾਨਾ, 4 ਲਾਈਨ ਕੋ ਬਣਾਨਾ ਔਰ ਰੋਜ਼ਗਾਰ ਕੇ ਲੀਏ ਇੰਡਸਟਰੀ ਲਾਨਾ। ਵਹੀ ਉਹਨੇ ਕਿਹਾ ਕਿ ਟੂਰਿਜ਼ਮ ਕੋ ਬੜਾਵਾ ਦੇਣੇ ਕੇ ਲੀਏ ਵੀ ਹੁਸ਼ਿਆਰਪੁਰ ਕੋ ਵਿਕਸਿਤ ਕੀਆ ਜਾਏਗਾ। ਹੁਸ਼ਿਆਰਪੁਰ ਸੇ ਹਲਚਲ ਕੇ ਲੀਏ ਅੰਕੁਸ਼ ਗੋਇਲ ਕੀ ਰਿਪੋਰਟ। ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਆਮ ਆਦਮੀ ਪਾਰਟੀ ਨੂੰ ਸਾਡੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਬਹੁਤ ਵੱਡੀ ਜਿੱਤ ਮਿਲੀ ਹੈ, ਜਿੱਤ ਦੀ ਬਖਸ਼ਿਸ਼ ਹੋਈ ਹੈ। ਮੈਂ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦਾ ਔਰ ਮੈਂ ਧੰਨਵਾਦੀ ਹਾਂ ਸਾਡੇ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਦਾਸ ਨੂੰ ਇਹ ਜਿਹੜਾ ਇਲੈਕਸ਼ਨ ਹੈ ਉਹ ਲੜਨ ਦਾ ਮੌਕਾ ਮਿਲਿਆ ਔਰ ਮੈਂ ਧੰਨਵਾਦੀ ਹਾਂ ਆਪਣੇ ਸਾਰੇ ਸਾਥੀਆਂ ਦਾ, ਸਾਰੀ ਤਮਾਮ ਟੀਮ ਦਾ, ਸਾਡੇ ਸੰਦੀਪ ਪਾਠਕ ਜੀ,
ਜਨਰਲ ਸੈਕਟਰੀ ਇੰਚਾਰਜ ਔਰਗਨਾਈਜੇਸ਼ਨ ਸੰਗਠਨ ਦੇ ਇੰਚਾਰਜ ਨੇ ਔਰ ਸਾਡੇ ਸੀਐਮ ਸਾਹਿਬ ਦੀ ਸਮੁੱਚੀ ਟੀਮ ਰਾਜਵੀਰ ਜੀ ਔਰ ਸਾਡੇ ਨਵਜੋਤ ਜੀ ਚੌਹਾਨ ਸਾਹਿਬ ਅਤੇ ਸਾਡੇ ਜਿੰਨੇ ਵੀ ਸਾਡੇ ਕੰਸਰਨ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਜਿੰਪਾ ਜੀ ਸਾਡੇ MLA ਸਾਹਿਬਾਨ ਸਾਡੇ ਹਲਕਾ ਇੰਚਾਰਜ ਸਾਹਿਬਾਨ ਸਾਡੇ ਡਿਸਟ੍ਰਿਕਟ ਇੰਚਾਰਜ ਉਹਨਾਂ ਦੇ ਬਲਾਕ ਪ੍ਰਧਾਨ ਵਲੰਟੀਅਰਸ ਔਰ ਸਾਡੇ ਜਿੰਨੇ ਵੀ ਸਾਡੇ ਵੋਟਰਸ ਸਪੋਰਟਰਸ ਸਾਡੇ ਸੈਕਟਰੀ ਇੰਚਾਰਜ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਤਪਸ਼ ਦੇ ਵਿੱਚ ਜਿਨ੍ਹਾਂ ਨੇ ਬੇਹੱਦ ਗਰਮੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਮੈਂ ਮਹਿਲਾ ਵਿੰਗ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਸੋ ਇਸ ਖੁਸ਼ੀ ਦੇ ਲਈ ਇਹ ਖੁਸ਼ੀ ਮੈਂ ਆਪਣੇ ਜਿੰਨੇ ਵੀ ਸਾਡੇ ਵਲੰਟੀਅਰਸ ਆ ਮੈਂ ਉਹਨਾਂ ਨੂੰ ਇਹ ਸਮਰਪਿਤ ਕਰਨੀ ਚਾਹੁੰਦਾ ਇਹ ਮੈਂ ਉਹਨਾਂ ਨੂੰ ਇਹਦਾ ਜਿਹੜਾ ਸਿਰ ਹੈ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਬਿਲਕੁਲ ਜੀ ਕਿਉਂਕਿ ਹੁਣ MP ਹੁਸ਼ਿਆਰਪੁਰ ਨੇ ਬਣਾਇਆ ਅਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟਰੈਕ ਉਹਦਾ ਜਿਹੜਾ ਕਨੈਕਸ਼ਨ ਹੈ ਕਿਉਂਕਿ ਇੱਕ ਬਲਾਈਂਡ ਐਂਡਿੰਗ ਆ ਉੱਥੇ ਖਤਮ ਹੋ ਜਾਂਦਾ ਉਹਨੂੰ ਮੇਰੀ ਸੋਚ ਹੈ ਕਿ ਟਾਂਡਾ ਤੋਂ ਸੈਲਾ ਬਾਇਆ ਹੁਸ਼ਿਆਰਪੁਰ ਉਸ ਲਿੰਕ ਨੂੰ ਕਨੈਕਟ ਕਰਨਾ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਵੀ ਵਧੇ ਤਾਂ ਕਿ ਸਾਡੀ ਜਿਹੜੀ ਰੇਲ ਜਿਹੜੀ ਸਾਡੀ ਰੋਡ ਟ੍ਰੈਫਿਕ ਆ ਉਹ ਵੀ ਘਟੇ ਔਰ ਦੂਸਰਾ ਮੇਰਾ ਵਿਜ਼ਨ ਹੋਏਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ 'ਤੇ ਲੈ ਕੇ ਜਾਣਾ ਕਿਉਂਕਿ ਸਾਡੇ ਇੱਥੇ ਵੱਡੇ ਹੋਸਪਿਟਲ ਜਿਹੜੇ ਟਰਸ਼ਰੀ ਹੈਲਥ ਕੇਅਰ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ ਸੋ ਮੈਡੀਕਲ ਕਾਲਜ ਐਂਡ ਹੋਸਪਿਟਲ ਬਣਾਉਣਾ ਕੈਂਸਰ ਹੋਸਪਿਟਲ ਬਣਾਉਣਾ PGI ਵਰਗੀਆਂ ਸੁਵਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਔਰ ਤੀਸਰਾ ਜੋ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਔਰ ਇੰਡਸਟਰੀ ਖਾਸ ਤੌਰ 'ਤੇ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਔਰ ਹਿਮਾਚਲ ਦੀ ਤਰਜ਼ 'ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤਰ ਦਾ ਦਰਜਾ ਦਵਾਉਣਾ ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਆ ਸਕੇ ਇੰਡਸਟਰੀਅਲ ਨੂੰ ਵੱਧ ਤੋਂ ਵੱਧ ਜਿਹੜੇ ਪੈਕੇਜਸ ਦਵਾਉਣਾ ਇਹ ਦੂਸਰਾ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਟੂਰਿਜ਼ਮ ਡਿਵੈਲਪ ਕਰਨਾ ਔਰ ਸਾਡੇ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੋਰ ਬਿਹਤਰ ਕਰਨਾ ਯੂਨੀਵਰਸਿਟੀ ਲੈ ਕੇ ਆਉਣਾ ਟੈਕਨੀਕਲ ਯੂਨੀਵਰਸਿਟੀਜ਼ ਲੈ ਕੇ ਆਉਣਾ ਤਾਂ ਕਿ ਬਿਹਤਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕੇ ਟੈਕਨੀਕਲ ਐਜੂਕੇਸ਼ਨ ਵੀ ਇੰਡਸਟਰੀ ਓਰੀਐਂਟਡ ਦਿੱਤੀ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਰ ਜਿਹੜੇ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਲੀਡਰਾਂ ਨੇ ਉਦਘਾਟਨ ਚਾਹੇ ਸੈਂਟਰ ਦੇ ਚਾਹੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਉਦਘਾਟਨ ਕੀਤੇ ਪਰ ਉਹ ਅਜੇ ਤੱਕ ਤੁਰੇ ਖੜਿਆ ਨਹੀਂ ਦੇਖੋ ਜੀ ਮੈਂ ਤਾਂ ਇਹੀ ਪ੍ਰੇ ਕਰਦਾ ਮੇਰੇ ਨਾਲ ਕੈਬਨਿਟ ਮੰਤਰੀ ਸਾਹਿਬ ਵੀ ਆ ਸਰਕਾਰ ਵੀ ਮੇਰੇ ਨਾਲ ਆ ਪੰਜਾਬ ਸਾਡੀ ਸਰਕਾਰ ਹੈ ਅਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ ਅਤੇ ਆਪਾਂ ਹੋਸਪਿਟਲ ਬਣਾਵਾਂਗੇ ਵੀ ਚਲਾਵਾਂਗੇ ਵੀ ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਔਰ ਪਿਛਲੇ ਜਿੰਨੇ ਵੀ ਜੋ MP ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਹੈ ਮੈਂਬਰ ਪਾਰਲੀਮੈਂਟ ਦੇ ਖਿਲਾਫ ਉਹਨਾਂ ਧਾਰਨਾਵਾਂ 'ਤੇ ਵਿਰਾਮ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ ਮਿਸ਼ਨ ਰਹੇਗਾ ਹਾਂ ਹਜ਼ਾਰੀ ਜੀ ਉਹ ਬਹੁਤ ਬੜਾ ਆਪਣੇ ਬਿਲਕੁਲ ਸਹੀ ਪੁੱਛਿਆ ਉਹ ਬਹੁਤ ਬੜਾ ਇਸ਼ੂ ਹੈ ਉਸਕੋ ਵੀ ਟੇਕਅਪ ਕਰੇਂਗੇ ਔਰ ਇਸਕੇ ਇਲਾਵਾ 4-lane ਮਾਰਗ ਜੋ ਹੈ ਗੜਸ਼ੰਕਰ ਸੇ ਲੈ ਕੇ ਟਾਂਡਾ ਔਰ ਦਸੂਆ ਵਹਾਂ ਵੀ 4-lane ਮਾਰਗ ਬਣਾਏਗੇ ताकि इंडस्ट्री ज्यादा से ज्यादा आ सके और ट्रैफिक कंट्रोल। लोकसभा चुनाव में आम आदमी पार्टी के उम्मीदवार गुरमीत सिंह मीथेयर की लोकसभा क्षेत्र संगरूर से बड़ी जीत हुई है। उन्होंने कांग्रेस पार्टी के दिग्गज नेता सुखपाल सिंह खैरा और पंथक राजनीति के दिग्गज चेहरे सिमरनजीत सिंह मान को हराया। वहीं मीथेयर की जीत पर उनके बरनाला स्थित घर पर जश्न का माहौल है। मीथेयर के घर आम आदमी पार्टी के कार्यकर्ता
पहुंच रहे हैं और उनके परिवार के साथ खुशियां साझा की जा रही हैं। वहीं उनकी मां, पत्नी और अन्य महिलाओं ने मिलकर गिद्धा और बोलियां गाकर जश्न मनाया। इस दौरान पार्टी कार्यकर्ताओं द्वारा लड्डू भी बांटे गए। तो वहीं परिवार ने कहा कि ये क्षेत्र के लोगों व पार्टी के वॉलंटियरों द्वारा लोकसभा चुनाव में आम आदमी पार्टी के उम्मीदवार गुरमीत सिंह मीथियर की लोकसभा क्षेत्र संगरूर से बड़ी जीत हुई है। उन्होंने कांग्रेस पार्टी के दिग्गज नेता सुखपाल सिंह खेरा और पंथक राजनीति के दिग्गज चेहरे सिमरनजीत सिंह मान को हराया। तो वहीं मीथियर की जीत पर उनके बरनाला स्थित घर पर जश्न का माहौल है। मीथियर के घर आम आदमी पार्टी के कार्यकर्ता पहुंच रहे हैं और उनके परिवार के साथ खुशियां साझा की जा रही हैं। वहीं उनकी मां, पत्नी और अन्य महिलाओं ने मिलकर गिद्धा और बोलियां गाकर जश्न मनाया। इस दौरान पार्टी कार्यकर्ताओं द्वारा लड्डू भी बांटे गए। तो वहीं परिवार ने कहा कि क्षेत्र के लोगों व पार्टी के वॉलंटियरों की जीत हुई है। उन्होंने कहा कि मीथियर लोगों के मुद्दे संसद में उठाएंगे। बरनाला से हलचल के लिए विनोद शर्मा की रिपोर्ट। साडे लिए बहुत बड़ा दिन है ते मैं बहुत बहुत धन्यवाद करना चाहनी हां जिन्ने भी सारे संगरूर हल्के दे वर्कर्स ने ते वोटर्स ने उन्हां दा बहुत बहुत धन्यवाद ते जिहड़े असीं वादे कीते ने पिछले दिनां ते उन्हां नूं पूरा करांगे असीं ते अगे सेंटर च जाके पूरे काम करांगे। बस उही अगे जाके तुसीं इन्नी वड्डी लीड नाल सानूं जिताया है ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਜਾ ਕੇ ਅਸੀਂ ਤੁਹਾਡੀ ਸੇਵਾ ਕਰਾਂਗੇ ਤੇ ਸੈਂਟਰ 'ਚ ਜਾ ਕੇ ਸਾਰੇ ਵਾਅਦੇ ਪੂਰੇ ਕਰਾਂਗੇ। ਤੁਹਾਨੂੰ ਤਾਂ ਇਹੀ ਚਾਹੁੰਦੇ ਹਾਂ ਵਾਹਿਗੁਰੂ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਜਿਨ੍ਹਾਂ ਨੇ ਅਸੀਂ ਤੱਕ ਪਹੁੰਚਾਇਆ। ਪਹਿਲਾਂ ਵੀ ਦੋ ਵਾਰੀ ਜਿੱਤ ਹੋਈ ਹੈ, ਉਦੋਂ ਵੀ ਕਰਦੇ ਸੀ ਤੇ ਹੁਣ ਉਦੋਂ ਵੀ ਜ਼ਿਆਦਾ ਕਰਦੇ ਹਾਂ। ਪਰਮਾਤਮਾ ਲਈ ਮਿਹਰ ਆ ਉਹਦੇ ਤੇ ਇਹੀ ਇਸਾ ਹੀ ਇਸ ਤਰ੍ਹਾਂ ਹੀ ਉਹਨੂੰ ਕੰਮ ਕਰਨ ਦਾ ਬਲ ਬਖਸ਼ੇ, ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ, ਇੱਕ ਵਧੀਆ ਕੰਮ ਤੇ ਮੁੱਦੇ ਲੈ ਕੇ ਅੱਗੇ ਚੱਲੇ। ਵਰਕਰਾਂ ਦੀ ਤੇ ਹੱਦੋਂ ਵੱਧ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੀਤ ਨਾਲੋਂ ਵੀ ਹੋ ਸਕਦਾ ਕਿਸੇ ਨੇ ਵੱਧ ਜ਼ੋਰ ਲਾਇਆ ਹੋਵੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੋਟਰਾਂ ਦੇ ਕਰਕੇ ਤੇ ਸਪੋਰਟ ਦੇ ਕਰਕੇ। ਤਾਂ ਅੱਜ ਮੀਤ ਇੱਥੇ ਖੜਾ ਹੈ, ਉਹਨਾਂ ਦੀ ਵੋਟ ਤੇ ਸਪੋਰਟ ਦੀ ਸਾਨੂੰ ਹਰ ਵੇਲੇ ਲੋੜ। ਹਾਂਜੀ, ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਜਸਵੰਤ ਕੌਰ ਜੀ ਤੇ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਮੀਥੇਅਰ ਜੀ ਨੂੰ, ਬੇਟੇ ਨੂੰ। ਮੀਥੇਅਰ ਜੀ ਇੱਕ ਬਹੁਤ ਕਾਮਯਾਬ ਜਿਹੜੇ ਲੀਡਰ ਨੇ, ਨੌਜਵਾਨ ਲੀਡਰ ਨੇ, ਪੜ੍ਹੇ ਲਿਖੇ। ਅਸੀਂ ਇਹੀ ਪ੍ਰਚਾਰ ਕਰਦੇ ਰਹੇ ਹਾਂ ਲੋਕਾਂ ਵਿੱਚ ਕਿ ਇਹ ਪੜ੍ਹੇ ਲਿਖੇ ਲੀਡਰ ਨੇ ਤੇ ਇੰਜੀਨੀਅਰਿੰਗ ਕੀਤੀ ਵੀ, ਇਹਨਾਂ ਨੂੰ ਪਤਾ ਹੈ ਵੀ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਹੈ, ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕਰਨਾ। ਹੁਣ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ 9 ਹਲਕਿਆਂ ਦੀ ਆਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਪਿੰਡਾਂ ਦਾ ਵਿਕਾਸ ਜਿਸ ਤਰ੍ਹਾਂ ਸਾਡੀਆਂ ਉਮੀਦਾਂ ਨੇ ਨਾ, ਬਹੁਤ ਉਮੀਦਾਂ ਨੇ 9 ਹਲਕਿਆਂ ਦੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਸਾਡੀ ਉਮੀਦ ਤੇ ਪੂਰੇ ਉਤਰਨਗੇ ਤੇ ਵੱਡੀ ਲੀਡ ਨਾਲ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਜਿਹੜੇ ਲੋਕ ਸਭਾ ਹਲਕਾ ਨਿਵਾਸੀਆਂ ਨੂੰ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਮੀਥੇਅਰ ਜੀ ਨੂੰ ਜਿਤਾਇਆ ਤੇ ਜੋ ਆਮ ਆਦਮੀ ਪਾਰਟੀ ਦੇ ਕੰਮ ਕੀਤੇ, ਮੀਥੇਅਰ ਜੀ ਨੇ ਜੋ ਆਪਣੇ ਬਰਨਾਲਾ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ, ਇਹ ਉਹਨਾਂ ਦਾ ਰਿਜ਼ਲਟ ਹੈ। ਉਹਨਾਂ ਦਾ ਰਿਜ਼ਲਟ ਅੱਜ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਤੇ ਸਰਕਾਰ ਜਿਹੜੀ ਹੈ ਉਹ ਐਮ ਪੀ ਬਣ ਕੇ ਸਰਕਾਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਾਣਗੇ ਤੇ ਉਹ ਪੰਜਾਬ ਦੇ ਮੁੱਦੇ ਇਸੇ ਤਰ੍ਹਾਂ ਉਠਾਉਣਗੇ ਜਿਸ ਤਰ੍ਹਾਂ ਉਹ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਉਠਾਉਂਦੇ ਸੀ ਤੇ ਸਾਨੂੰ ਬਹੁਤ ਮਾਣ ਹੈ ਕਿ ਹੁਣ ਸਾਰੇ ਪੰਜਾਬ ਦੇ ਮੁੱਦੇ ਉਹ ਬੜੇ ਜ਼ੋਰ ਸ਼ੋਰ ਨਾਲ ਦੀਪਾਵਲੀ ਦੀ ਜਿੱਤ ਹੈ, ਸਾਰੇ ਵਰਕਰਾਂ ਦੀ, ਵਲੰਟੀਅਰ ਦੀ, ਸਾਰਿਆਂ ਨੇ ਰਲ ਮਿਲ ਕੇ ਜਿੱਤ ਪ੍ਰਾਪਤ ਕੀਤੀ ਹੈ ਤੇ ਮੀਰ ਸਾਹਿਬ ਦੇ ਕੰਮ ਕਰਦਾ ਤੇ ਅੱਗੇ ਨੂੰ ਕਰਦਾ ਵੀ ਰਹੂੰਗਾ। ਅਸੀਂ ਸਾਰਿਆਂ ਦਾ ਧੰਨਵਾਦ ਕਰਦਾ, ਸਮੇਤ ਤੁਹਾਡਾ ਵੀ ਕਰਦਾ।
ਅਗਰ ਜੋ ਪਬਲਿਕ ਦੀਆਂ ਲੋੜਾਂ ਹੋਣ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ, ਜੋ ਮੁੱਦੇ ਪਬਲਿਕ ਚ ਆਊਗੀ ਸਾਰੇ ਪੂਰੇ ਹੋਣਗੇ। ਜਲੰਧਰ ਲੋਕ ਸਭਾ ਸੀਟ ਸੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੀ ਜੀਤ ਕੇ ਬਾਅਦ ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਿਰ ਮੇਂ ਮਾਥਾ ਟੇਕਣੇ ਕੇ ਲੀਏ ਪਹੁੰਚੀ। ਇਸ ਦੌਰਾਨ ਉਨਕੇ ਸਾਥ ਵਿਧਾਇਕ ਬਾਬਾ ਹੈਨਰੀ, ਪੂਰਵ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਪ੍ਰਗਟ ਸਿੰਘ, ਕਰਤਾਰਪੁਰ ਕੇ ਸ਼ੇਤਰ ਇੰਚਾਰਜ ਰਾਜਿੰਦਰ ਸਿੰਘ, ਪੂਰਵ ਪਾਰਸ਼ਦ ਰੀਟਾ ਸ਼ਰਮਾ, ਪੂਰਵ ਪਾਰਸ਼ਦ ਅੰਜਲੀ ਭਗਤ, ਪੂਰਵ ਪਾਰਸ਼ਦ ਸਲੀਲ ਬਾਹਰੀ ਸਹਿਤ ਸੀਨੀਅਰ ਕਾਂਗਰਸੀ ਨੇਤਾ ਮੌਜੂਦ ਰਹੇ। ਇਸ ਮੌਕੇ ਪਰ ਸ਼੍ਰੀ ਦੇਵੀ ਤਲਾਬ ਮੰਦਿਰ ਕਮੇਟੀ ਕੇ ਮਹਾਂਸਚਿਵ ਰਾਜੇਸ਼ ਵਿੱਚ, ਕੋਸ਼ਾਧਿਕਸ਼ ਪਵਿੰਦਰ ਬਹਿਲ, ਚੌਧਰੀ ਰਾਮਕਾ ਉਮਾਰ ਨੇ ਚਰਨਜੀਤ ਸਿੰਘ ਚੰਨੀ ਵ ਉਨਕੀ ਧਰਮ ਪਤਨੀ ਕੋ ਮਾਂ ਕੀ ਚੁਨਰੀ ਦੇਕਰ ਵਿਸ਼ੇਸ਼ ਰੂਪ ਸੇ ਸਨਮਾਨਿਤ ਕੀਆ। ਇਸ ਅਵਸਰ ਪਰ ਮਨਮੋਹਨ ਸਿੰਘ, ਆਸ਼ੂ ਸਿੰਗਲਾ, ਅਜੇ ਲਾਲੀ, ਯਸ਼ ਚੱਡਾ, ਸੁਧੀਰ ਗੁੱਗੀ, ਹਰਪ੍ਰੀਤ ਵਾਲੀਆ, ਰਵਿੰਦਰ ਧਾਲੀਵਾਲ, ਸਨੀ ਸਿੰਗਲਾ ਵੀ ਮੌਜੂਦ ਰਹੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੰਦੀਪ ਸ਼ਰਮਾ ਕੀ ਰਿਪੋਰਟ। ਬਹੁਤ ਵੱਡੀ ਜਿੱਤ ਲੋਕਾਂ ਨੇ ਪ੍ਰਾਪਤ ਕੀਤੀ ਹੈ, ਮੈਂ ਸਾਰਿਆਂ ਦਾ ਉਦੋਂ ਬਹੁਤ ਧੰਨਵਾਦੀ ਹਾਂ, ਹਿੰਮਤਾ ਸਾਹਿਬ ਧੰਨਵਾਦੀ ਹਾਂ, ਆਦਰ ਸਾਹਿਬ ਸਿਰ ਝੁਕਾ ਕੇ ਸਾਰਿਆਂ ਨੂੰ ਸਲਾਮ ਕਰਦਾ। ਅੱਛਾ, ਕਿਹੜਾ ਕੰਮ ਸਭ ਤੋਂ ਪਹਿਲਾਂ ਤੁਹਾਡਾ ਰਹੂਗਾ ਜਲੰਧਰ ਸ਼ਹਿਰ? ਅਸੀਂ ਨਸ਼ਿਆਂ ਦੇ ਮਗਰ ਪੈਣਾ, ਨਸ਼ਾ ਵੇਚਣ ਵਾਲਿਆਂ ਦੇ ਮਗਰ ਪੈਣਾ, ਮਾਫੀਆ ਦੇ ਮਗਰ ਪੈਣਾ, ਸ਼ਹਿਰ ਦੀ ਡਿਵੈਲਪਮੈਂਟ। 1,76,000 ਤੋਂ ਵੀ ਵੱਧ ਲੀਡ ਨਾਲ ਜਿੱਤੇ ਹੋ, ਵਿਸ਼ਵਾਸ ਸੀਗਾ ਤੁਹਾਨੂੰ ਕਿ ਲੋਕ ਜਿਤਾਉਣਗੇ? ਮੈਂ ਵਿਸ਼ਵਾਸ ਨਾਲ ਹੀ ਆਉਂਦਾ, ਵਿਸ਼ਵਾਸ ਨਾਲ ਹੀ ਖੜਦਾ। ਜੋ ਚੰਨੀ ਨੇ ਐਜ਼ ਮੁੱਖ ਮੰਤਰੀ ਦੇ ਸਾਡੇ ਕੰਮ ਕੀਤੇ ਸੀਗੇ, ਲੋਕਾਂ ਨੇ ਉਹ ਕੰਮਾਂ ਦੇ ਦੇਖਦੇ ਹੋਏ ਚੰਨੀ ਜੀ ਨੂੰ ਬੜੀ ਵੱਡੀ ਲੀਡ ਦਿੱਤੀ ਹੈ। ਔਰ ਅਦੋਂ ਵੀ ਜਿਸ ਤਰੀਕੇ ਨਾਲ ਐਜ਼ ਮੁੱਖ ਮੰਤਰੀ ਉਹ ਚੱਲੇ ਸੀ, ਇੱਦਾਂ ਹੀ ਮੈਂਬਰ ਪਾਰਲੀਮੈਂਟ ਵੱਲੋਂ ਜਲੰਧਰ ਦੀ ਸੇਵਾ ਕਰ। ਸਰ, ਵਿਰੋਧੀ ਧਿਰ ਨੇ ਕਾਫੀ ਮੁੱਦੇ ਬਣਾਏ ਸੀਗੇ, ਹਿੰਦੂ ਮੁੱਦਾ ਬਣਾਤਾ ਸੀਗਾ ਜਾਂ ਹੋਰ ਪੋਸਟਰਾਂ ਦੇ ਮੁੱਦੇ ਬਣਾਤੇ, ਇਸ ਬਾਰੇ ਸਰ ਕੋਈ? ਇੱਥੇ ਹਿੰਦੂ, ਸਿੱਖ, ਮੁਸਲਿਮ, ਈਸਾਈ ਸਭ ਨੇ ਵੋਟਾਂ ਕੱਟ ਕੇ ਪਾਈਆਂ, ਔਰ ਕੋਈ ਵੀ ਮੁੱਦਾ ਜਲੰਧਰ ਦੇ ਵਿੱਚ ਨਹੀਂ ਸੀ, ਇੱਡੀ ਵੱਡੀ ਲੀਡ ਕਦੇ ਆਈ ਨਹੀਂ। ਸਰ, ਲੱਗਦਾ ਕਿਤੇ ਨਾ ਕਿਤੇ ਜਲੰਧਰ ਵਾਲਿਆਂ ਨੇ ਕਿਸੇ ਦਲ ਬਦਲੂ ਹੈ ਜਾਂ ਹੋਰ ਕੋਈ ਪੈਰਾਸ਼ੂਟ ਰਹੀ ਹੈ ਜੀ, ਉਹਨਾਂ ਨੂੰ ਪਖਾੜ ਕੇ ਰੱਖਤਾ? ਬਿਲਕੁਲ, ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਸੀ ਉਹਨਾਂ ਨੂੰ ਪਖਾੜ ਕੇ। ਸਵਾਮੀ ਕ੍ਰਿਸ਼ਨਾਨੰਦ ਵੈਲਫੇਅਰ ਸੋਸਾਇਟੀ ਰਾਮਨਗਰ ਜਲੰਧਰ ਦੁਆਰਾ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਕੀ ਪ੍ਰਤਿਮਾ ਕਾ ਅਨਾਵਰਣ ਕੀਆ ਗਿਆ। ਇਸ ਮਹੱਤਵਪੂਰਨ ਅਵਸਰ ਪਰ ਜਲੰਧਰ ਉੱਤਰ ਕੇ ਵਿਧਾਇਕ ਬਾਬਾ ਹੈਨਰੀ, ਪੂਰਵ CPS KD ਭੰਡਾਰੀ, ਅਧਿਵਕਤਾ ਬਲਵਿੰਦਰ, ਵਿਨੋਦ ਕੁਮਾਰ, ਮਦਨ ਕੁਮਾਰ, ਪਵਨ ਕੁਮਾਰ ਸੋਢੀ, ਚਰਨਜੀਤ, ਚਿੰਕੂ ਕੁਮਾਰ ਔਰ ਰਾਜਕੁਮਾਰ ਰਾਜੂ ਉਪਸਥਿਤ ਰਹੇ। ਤੋ ਵਹੀਂ ਇਸ ਸਮਾਰੋਹ ਕੇ ਦੌਰਾਨ ਵਿਧਾਇਕ ਬਾਬਾ ਹੈਨਰੀ, KD ਭੰਡਾਰੀ ਔਰ ਵਕੀਲ ਬਲਵਿੰਦਰ ਕਾ ਵਿਸ਼ੇਸ਼ ਰੂਪ ਸੇ ਧੰਨਵਾਦ ਕੀਆ ਗਿਆ। ਵੋ ਉਹਨੇ ਡਾਕਟਰ ਭੀਮ ਰਾਓ ਅੰਬੇਦਕਰ ਕੀ ਤਸਵੀਰ ਭੇਂਟ ਕਰ ਸਨਮਾਨਿਤ ਵੀ ਕੀਆ ਗਿਆ। ਵਹੀਂ ਸੋਸਾਇਟੀ ਕੇ ਸਦਸਯੋ ਨੇ ਇਸ ਅਵਸਰ ਪਰ ਸਮਾਜ ਮੇਂ ਸਮਾਨਤਾ ਔਰ ਭਾਈਚਾਰੇ ਕਾ ਸੰਦੇਸ਼ ਦੇਤੇ ਹੋਏ ਕਿਹਾ ਕਿ ਬਾਬਾ ਸਾਹਿਬ ਕਾ ਜੀਵਨ ਸੰਘਰਸ਼ ਔਰ ਪ੍ਰੇਰਣਾ ਸੇ ਭਰਾ ਹੁਆ ਹੈ। ਉਹਨਾਂ ਸਮਾਜਿਕ ਨਿਆਂ ਔਰ ਮਾਨਵ ਅਧਿਕਾਰੋ ਕੇ ਲੀਏ ਆਪਣਾ ਜੀਵਨ ਸਮਰਪਿਤ ਕੀਆ ਔਰ ਉਨਕੀ ਪ੍ਰਤਿਮਾ ਸਥਾਪਿਤ ਕਰਨਾ, ਉਨਕੇ ਮਹਾਨ ਕਾਰਿਓ ਕੋ ਯਾਦ ਕਰਨੇ ਵ ਉਨਕੇ ਸਨਮਾਨਿਤ ਕਰਨੇ ਕਾ ਇੱਕ ਛੋਟਾ ਸਾ ਪ੍ਰਯਾਸ ਹੈ। ਤੋ ਵਹੀਂ ਇਸ ਸਮਾਰੋਹ ਮੇਂ ਉਪਸਥਿਤ ਸਭੀ ਗਣਮਾਨਯ ਵਿਅਕਤੀਓ ਨੇ ਇਸ ਪਹਿਲ ਕੀ ਸਰਾਹਨਾ ਕੀ ਔਰ ਬਾਬਾ ਸਾਹਿਬ ਕੇ ਵਿਚਾਰੋ ਔਰ ਆਦਰਸ਼ੋ ਕੋ ਅਪਣਾਨੇ ਕੀ ਅਪੀਲ ਵੀ ਕੀ। ਇਸ ਦੌਰਾਨ ਸੋਸਾਇਟੀ ਕੇ ਸਦਸਯੋ ਨੇ ਕਿਹਾ ਕਿ ਇਸ ਤਰ੍ਹਾਂ ਕੀ ਆਯੋਜਨ ਸਮਾਜ ਮੇਂ ਸਕਾਰਾਤਮਕ ਬਦਲਾਵ ਲਾਨੇ ਕੇ ਲੀਏ ਆਵਸ਼ਕ ਹੈ ਔਰ ਬਾਬਾ ਸਾਹਿਬ ਕੇ ਆਦਰਸ਼ੋ ਕੋ ਆਗੇ ਬੜਾਨੇ ਮੇਂ ਮਦਦ ਕਰੇਗੀ। ਜਲੰਧਰ ਸੇ ਹਲਚਲ ਕੇ ਲੀਏ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਔਰ ਅਬ ਅੰਤ ਮੇਂ ਹਲਚਲ ਕੀ ਗਤੀਵਿਧੀਓ ਪਰ ਇੱਕ ਨਜ਼ਰ ਫਿਰ ਸੇ। ਅੰਮ੍ਰਿਤਸਰ ਸੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਚੁਣਾਵ 2024 ਮੇਂ ਹਾਸਲ ਕੀ ਜੀਤ, ਤੀਸਰੀ ਵਾਰ ਬਣੇ ਸਾਂਸਦ। ਹੁਸ਼ਿਆਰਪੁਰ ਸੇ ਆਮ ਆਦਮੀ ਪਾਰਟੀ ਕੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੀ ਜੀਤ ਹਾਸਿਲ, ਇੰਡਸਟਰੀ ਵ ਟੂਰਿਜ਼ਮ ਕੋ ਬੜਾਵਾ ਦੇਣੇ ਕਾ ਕੀਆ ਐਲਾਨ।
इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।